ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੇ ਮਹਾਨ ਨਾਇਕ ਦੀਵਾਨ ਟੋਡਰਮੱਲ ਦੀ ਜਿਹੜੀ ਜਹਾਜ਼ ਹਵੇਲੀ ਆ, ਉਹ ਲੰਬੇ ਅਰਸੇ ਤੋਂ ਉਹਦੀ ਕਾਰ ਸੇਵਾ ਦੋ ਤਿੰਨ ਜਥੇਬੰਦੀਆਂ ਨੇ ਕਰਨ ਦਾ ਯਤਨ ਕੀਤਾ, ਪਰ ਅਧੂਰੀ ਨਹੀਂ ਰਹਿ ਗਈ। ਕਾਰਜ ਨੇ ਸ਼ੁਰੂ ਹੋਏ। ਹੁਣ ਦੀਵਾਨ ਟੋਡਰਮੱਲ ਫਾਊਂਡੇਸ਼ਨ ਜਿਹੜੀ ਆ, ਉਹਨਾਂ ਨੇ ਉਪਰਾਲਾ ਕੀਤਾ ਕਿ ਸਾਨੂੰ ਕਾਰ ਸੇਵਾ ਦੇ ਰੂਪ ਦੇ ਵਿੱਚ ਇਹ ਸੇਵਾ ਦੇ ਦਿਓ। ਉਹਨਾਂ ਨੂੰ ਅਸੀਂ ਬੈਠ ਕੇ ਡਾਇਰੈਕਸ਼ਨ ਵੀ ਦਿੱਤੀ ਸੀ ਵੀ ਕਿਉਂਕਿ ਹਾਈ ਕੋਰਟ ਦੇ ਵਿੱਚ ਲਿਟੀਗੇਸ਼ਨ ਪੈਂਡਿੰਗ ਆ, ਅਤੇ ਦੂਸਰਾ ਇਹ ਕਿਉਂਕਿ ਇਮਾਰਤੀ ਵਿਭਾਗ, ਪੁਰਾਤਨ ਇਮਾਰਤੀ ਵਿਭਾਗ ਜਿਹੜਾ ਉਹ ਇਹਦੀ ਦੇਖ ਰੇਖ ਕਰਦਾ, ਅਤੇ ਮੈਂ ਆਪ ਵੀ ਡਾਇਰੈਕਟਰ ਸਾਹਿਬ ਦੇ ਕੋਲ ਜਾ ਕੇ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਕੀਤੀ ਸੀ, ਪਰ ਲਿਟੀਗੇਸ਼ਨ ਹੋਣ ਕਰਕੇ ਉਹ ਕੰਮ ਤਿਉਂ ਦਾ ਤਿਉਂ ਹਾਲੇ ਖੜ੍ਹਾ। ਅੱਜ ਅਰੋੜਾ ਸਾਹਿਬ ਜਿਹਨੇ ਇਹ ਪਟੀਸ਼ਨ ਪਾਈ ਉਹ ਹਾਈ ਕੋਰਟ ਦੇ ਵਿੱਚ ਕਿ ਇਹਨੂੰ ਐਜ ਇਟ ਇਜ ਰੱਖਿਆ ਜਾਵੇ, ਐਜ ਇਟ ਇਜ ਤੋਂ ਭਾਵ ਪਈ ਉਹਦਾ ਜਿਹੜੀ ਪੁਰਾਣੀ ਦੇਖ ਉਹ ਬਹਾਲ ਕੀਤੀ ਜਾਵੇ। ਅਤੇ ਅਸੀਂ ਬੈਠ ਕੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਅੱਜ, ਅਤੇ ਅਰੋੜਾ ਸਾਹਿਬ ਨੇ ਵੀ ਇਸ ਗੱਲ ਦੀ ਹਾਮੀ ਭਰੀ ਆ ਕਿ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਗਰੀਮੈਂਟ ਦੇ ਦੇਣ। ਅਸੀਂ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਜਵਾਬ ਦਾਵਾ ਇਹ ਦਿੱਤਾ ਸੀ ਕਿ ਅਸੀਂ ਇਹਨੂੰ ਪੁਰਾਤਨ ਦਿੱਖ ਦੇ ਵਿੱਚ ਅਨੁਸਾਰ ਬਣਾਉਣ ਦਾ ਯਤਨ ਕਰਾਂਗੇ। ਸੋ ਅੱਜ ਸਾਡੀ ਉਹ 'ਤੇ ਸਹਿਮਤੀ ਬਣ ਗਈ ਆ। ਅਰੋੜਾ ਸਾਹਿਬ ਵੀ ਆਇਓ ਸੀ, ਕੰਡੀਸ਼ਨਲ ਐਡਵੋਕੇਟ ਜਨਰਲ ਵੀ ਸਾਡੇ ਆਇਓ ਸੀਗੇ। ਉਹ ਬੈਠ ਕੇ ਸਾਰੀ ਹੁਣ ਆਉਂਦੇ ਦਿਨਾਂ ਦੇ ਵਿੱਚ ਉਹ ਬੈਠ ਕੇ ਉਹਦੀ ਜਿਹੜੀ ਰੂਪਰੇਖਾ ਲੀਕ ਕੇ ਸਾਰੀ ਉਹਦੀ ਕਾਰ ਸੇਵਾ ਜਿਹੜੀ ਉਹ ਸ਼ੁਰੂ ਕਰਦੀ ਜਾਊਗੀ। ਟੋਡਰਮੱਲ ਜਿਹੜੀ ਹਵੇਲੀ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਵਿਚਾਰ ਕੀਤਾ, ਅਤੇ ਸਾਡੀਆਂ ਕਈ ਮੀਟਿੰਗਾਂ ਪੰਜਾਬ ਸਰਕਾਰ ਨਾਲ, ਪੁਰਾਤਨ ਵਿਭਾਗ ਨਾਲ, ਹਾਈ ਕੋਰਟ ਨਾਲ, ਕਿਉਂਕਿ ਚੀਫ ਜੱਜ ਸਾਹਿਬ ਕੋਲ ਇਹ ਕੇਸ ਹੈ ਜਿਹੜਾ ਪਟੀਸ਼ਨ, ਅੱਜ ਅਸੀਂ ਬੜੀ ਜੱਦੋ ਜਹਿਦ ਦੇ ਨਾਲ ਘੱਟੋ ਘੱਟ 13-14 ਸਾਲਾਂ ਬਾਅਦ ਅਸੀਂ ਸ਼੍ਰੀ ਐੱਚ ਸੀ ਅਰੋੜੇ ਨੂੰ ਇਸ ਧਰਤੀ 'ਤੇ ਲਿਆਂਦਾ, ਅਤੇ ਉਹਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਪਟੀਸ਼ਨ ਵਾਪਸ ਲੈਣ, ਅਤੇ ਜਿਹੜਾ ਉਹਨਾਂ ਦਾ ਇਤਰਾਜ਼ ਸੀ ਉਹ ਅਸੀਂ ਦੂਰ ਕਰਤਾ। ਅਰੋੜਾ ਸਾਹਿਬ ਦਾ ਜਿਹੜਾ ਇਤਰਾਜ਼ ਸੀ ਉਹਨੂੰ ਅਸੀਂ ਦਰੁਸਤ ਕੀਤਾ, ਅਤੇ ਜੋ ਵੀ ਹੁਣ ਹਵੇਲੀ ਦਾ ਕਾਰਜ ਹੋਏਗਾ ਉਹ ਹੈਰੀਟੇਜ ਦੇ ਨਿਯਮਾਂ ਮੁਤਾਬਕ ਹੋਏਗਾ। ਅਤੇ ਇਹ 19 ਤਰੀਕ ਦਾ, ਅਗਲੀ ਤਰੀਕ 19 ਦਸੰਬਰ ਨੂੰ ਕੋਰਟ ਦੇ ਵਿੱਚ ਇਹ ਫੈਸਲਾ ਹੋ ਜਾਣਾ। ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਸੀ ਵੀ ਇਕੱਠੇ ਬਹਿ ਕੇ ਵੀ ਆਪਾਂ ਨੂੰ ਰਲ ਮਿਲ ਕੇ ਪਹਿਲਾਂ ਇੱਕ ਸਲਾਹ ਬਣਾਈਏ, ਅਤੇ ਉਹ ਸਾਡੀ ਅੱਜ ਸੰਪੂਰਨ ਬਹੁਤ ਵਧੀਆ ਮੀਟਿੰਗ ਹੋਈ ਹੈ ਬੜੇ ਸਖਾਵੇਂ ਮਾਹੌਲ ਦੇ ਵਿੱਚ। ਅਰੋੜਾ ਸਾਹਿਬ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਪੋਜ਼ੀਟਿਵ ਰਿਸਪੋਂਸ ਦਿੱਤਾ, ਅਤੇ ਉਹ ਸਾਡੇ ਨਾਲ ਟੀਮ ਬਣ ਕੇ ਕੰਮ ਕਰਨਗੇ, ਅਤੇ ਅਸੀਂ ਉਹਨਾਂ ਦੀ ਯੋਗ ਅਗਵਾਈ ਹੇਠ ਕੰਮ ਕਰਾਂਗੇ, ਕਿਉਂਕਿ ਉਹ ਸਾਡੇ ਬਜ਼ੁਰਗ ਨੇ, ਵੱਡੇ ਨੇ, ਉਹਨਾਂ ਨੂੰ ਜ਼ਿਆਦਾ ਸਮਝ ਹੈਗੀ ਆ ਸਾਡੇ ਨਾਲੋਂ। ਅਤੇ ਦੂਸਰਾ ਮੈਂ ਦੱਸਣਾ ਚਾਹਾਂਗਾ ਕਿ ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਜਿਹੜੀ ਹੈਗੀ ਆ, ਇਹ ਇੱਕੋ ਇੱਕ ਫਾਊਂਡੇਸ਼ਨ ਦੁਨੀਆ ਦੀ ਅਜਿਹੀ ਹੈ ਵੀ ਅਸੀਂ ਕਿਸੇ ਤੋਂ ਕੋਈ ਫੰਡ ਨਹੀਂ ਲੈਂਦੇ, ਨਾ ਹੀ ਪਹਿਲਾਂ ਕਿਸੇ ਤੋਂ ਫੰਡ ਲਿੱਤਾ ਹੈਗਾ। ਅਸੀਂ ਥੋੜ੍ਹੇ ਜਿਹੇ ਪਰਿਵਾਰ ਹੈਗੇ ਹਾਂ, ਉਹ ਇੱਕ ਗਰੁੱਪ ਹੈਗਾ ਸਾਡਾ ਆਪਦੇ ਪਰਿਵਾਰਾਂ ਦਾ, ਉਹਦੇ ਵਿੱਚ ਅਸੀਂ ਹਵੇਲੀ ਦੇ ਵਿੱਚ ਜਿੰਨੀ ਵੀ ਸਾਨੂੰ ਕੋਈ ਇਜਾਜ਼ਤ ਮਿਲੇਗੀ, 10 ਕਰੋੜ 20 ਕਰੋੜ ਜਿੰਨਾ ਵੀ ਹੋਏਗਾ, ਉਹ ਅਸੀਂ ਆਪਣੇ ਪਰਿਵਾਰਾਂ ਵੱਲੋਂ ਲਾਵਾਂਗੇ। ਅਤੇ ਸਾਨੂੰ ਪਤਾ ਲੱਗਿਆ ਕੁਛ ਵੀ ਅਮੈਰੀਕਾ ਦੇ ਵਿੱਚ ਸਾਡੇ ਨਾਂ 'ਤੇ ਕੋਈ ਪੈਸੇ ਵਗੈਰਾ ਇਕੱਠੇ ਵੀ ਕੌਲ ਵਗੈਰਾ ਆਈ ਆ ਵੀ ਪੈਸੇ ਦਿਓ, ਅਤੇ ਉਹ ਜਿਹੇ ਸੱਜਣਾਂ ਤੋਂ ਤੁਸੀਂ ਬਚ ਕੇ ਰਹਿਣਾ, ਅਤੇ ਸਾਡੇ ਨਾਲ ਰਾਬਤਾ ਜ਼ਰੂਰ ਕਰਨਾ ਵੀ ਉਹ ਕੌਣ ਸੱਜਣ ਨੇ,
ਅਤੇ ਅਸੀਂ ਕਿਸੇ ਤੋਂ ਵੀ ਇੱਕ ਪੈਸਾ ਨਾ ਇੰਡੀਆ 'ਚੋਂ ਨਾ ਬਾਹਰੋਂ ਕੋਈ ਵੀ ਪੈਸਾ ਨਹੀਂ ਲੈਣਾ, ਅਸੀਂ ਆਪਣੇ ਪਰਿਵਾਰਾਂ ਵੱਲੋਂ ਹੀ ਸੇਵਾ ਕਰਨੀ ਹੈ। ਇਹਦੀ ਸਰਪ੍ਰਸਤੀ ਸਰਦਾਰ ਗਿਆਨ ਸਿੰਘ ਸੰਧੂ ਸਾਡੇ ਜਿਹੜੇ ਕੈਨੇਡਾ ਤੋਂ ਉੱਘੇ ਵਿਦਵਾਨ ਸਿੱਖ ਨੇ ਉਹ ਕਰ ਰਹੇ ਨੇ, ਅਤੇ ਅਸੀਂ ਇਹ ਸਾਰੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਚੱਲ ਰਹੇ ਹਾਂ। ਅਤੇ ਇਹਦੇ ਨਾਲ ਪੂਰੀ ਟੀਮ ਦੇ ਹੋਰ ਸੱਜਣ ਪਹੁੰਚਿਆ, ਅਤੇ ਦਰਬਾਰ ਸਿੰਘ ਆ ਸਾਡੀ ਫਾਊਂਡੇਸ਼ਨ ਦੇ ਮੈਂਬਰ ਨੇ ਸੀਨੀਅਰ, ਅਤੇ ਅਸੀਂ ਬਿਲਕੁਲ ਨਿਸ਼ਕਾਮ ਬੜੀ ਇਮਾਨਦਾਰੀ ਨਾਲ ਅਤੇ ਬੜੀ ਤਨਦੇਹੀ ਨਾਲ, ਇਹ ਮੈਨੂੰ ਆਸ ਹੈ ਕਿ ਇਹ ਕਾਰਜ ਬਹੁਤ ਛੇਤੀ ਨਿਪਰੇ ਚੜ੍ਹੇਗਾ, ਕਿਉਂਕਿ ਹੁਣ ਅਸੀਂ ਇੱਕ ਏਜੰਸੀ ਨਾਲ ਸੰਪਰਕ ਕੀਤਾ, ਹੈਰੀਟੇਜ ਉਸ ਏਜੰਸੀ ਦਾ ਨਾਂ ਹੈਗਾ, ਅਤੇ ਉਹਨਾਂ ਨੇ ਹੈਰੀਟੇਜ 'ਤੇ 30 ਸਾਲ ਤੋਂ ਬਾਅਦ ਉਹਨਾਂ ਦਾ ਤਜਰਬਾ ਹੈਗਾ। ਜਲ੍ਹਿਆਂਵਾਲਾ ਬਾਗ ਜਿਵੇਂ ਆਪਣਾ ਅੰਮ੍ਰਿਤਸਰ ਕਈ ਬੰਗਲਿਆਂ ਨੂੰ ਅਤੇ ਕਈ ਕਿਲ੍ਹਿਆਂ ਨੂੰ ਇਹਨਾਂ ਨੇ ਪ੍ਰਜਰਵ ਕੀਤਾ, ਸਿਰਫ ਹੈਰੀਟੇਜ 'ਤੇ ਕੰਮ ਕਰਦੇ। ਅਸੀਂ ਉਹ ਟੀਮ ਨੂੰ ਮਤਲਬ ਕਿ ਉਹਨੂੰ ਸ਼ਾਮਿਲ ਕਰ ਰਹੇ ਹਾਂ ਅੱਜ, ਅਤੇ ਜਲਦੀ ਇਹਦਾ ਜਿਹੜਾ ਕਾਰ ਜੰਗੀ ਪੱਧਰ 'ਤੇ ਚਲਾ ਦਾਂਗੇ, ਜਿਸ ਤਰ੍ਹਾਂ ਸਾਨੂੰ ਉਹ ਪੁਰਾਤਨ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਮਿਲਣਗੇ, ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਇੱਕ ਸਾਲ ਦੇ ਵਿੱਚ ਨਿਬੇੜ ਦਈਏ। ਬਹੁਤ ਮਿਹਰਬਾਨੀ, ਧੰਨਵਾਦ। ਅਰੋੜਾ ਸਾਹਿਬ ਵੱਲੋਂ ਬਹੁਤ ਵਧੀਆ ਪੋਜੀਟਿਵ ਰਿਸਪੋਂਸ ਮਿਲਿਆ ਜੀ, ਅਤੇ ਉਹਨਾਂ ਨੇ ਜਿਹੜੀ ਪਟੀਸ਼ਨ ਪਾਈ ਹੋਈ ਹੈ ਕੋਰਟ ਦੇ ਵਿੱਚ, ਹੋ ਸਕਦਾ ਵੀ ਉਹ ਵੀ ਆਪਣੇ ਤੌਰ 'ਤੇ ਸਹੀ ਨੇ, ਕਿਉਂਕਿ ਕਈ ਵਾਰ ਸਮਝਣ ਦੀ ਗੱਲ ਆਉਂਦੀ ਹੈ ਜਦੋਂ ਆਪਾਂ ਇਕੱਠੇ ਭਰਾ ਬਹਿ ਨੇ ਉਦੋਂ ਪਤਾ ਲੱਗਦਾ। ਅਤੇ ਉਹਨਾਂ ਦਾ ਮਤਲਬ ਸੀ ਪਹਿਲਾਂ ਦੋ ਕਮਰੇ ਜਿਹੜੇ ਉੱਥੇ ਕੋਈ ਬਾਬਿਆਂ ਨੇ ਕਾਰ ਸੇਵ ਵਾਲੇ ਨੇ ਪਾਏ ਨੇ, ਉਹ ਬਿਲਕੁਲ ਹਵੇਲੀ ਦੇ ਉਲਟ ਮਤਲਬ ਕਿ ਉਹਦੀ ਉਸਾਰੀ ਹੋਈ ਹੈ। ਅਸੀਂ ਉਹਨਾਂ ਨੂੰ ਢਾਉਣ ਦਾ ਜਿਹੜਾ ਉਹਨਾਂ ਨਾਲ ਵਾਅਦਾ ਕੀਤਾ ਕਿ ਉਹ ਦੋ ਕਮਰਿਆਂ ਨੂੰ ਅਸੀਂ ਢਾ ਦੇਵਾਂਗੇ, ਅਤੇ ਬਾਕੀ ਜਿਹੜੇ ਜਿਵੇਂ ਜਿਵੇਂ ਪ੍ਰਪੋਜ਼ਲ ਦੇ ਵਿੱਚ ਸਾਨੂੰ ਹਦਾਇਤਾਂ ਮਿਲਣਗੀਆਂ ਉਵੇਂ ਅਸੀਂ ਕਰਾਂਗੇ। ਅਰੋੜਾ ਸਾਹਿਬ ਨੇ ਪੋਜੀਟਿਵ ਰਿਸਪੋਂਸ ਦਿੱਤਾ, ਪਟੀਸ਼ਨ ਵਾਪਸ ਲੈਣਗੇ, ਅਤੇ ਨਾਲ ਉਹ ਇਤਰਾਜ਼ ਵਾਪਸ ਲੈ ਲੈਣਗੇ ਆਪਦਾ, ਅਤੇ ਨਾਲ ਜਿਹੜਾ ਇਤਰਾਜ਼ ਸੀ ਉਹਨਾਂ ਨੂੰ ਐਗਰੀਮੈਂਟ ਦਾ IGPC ਅਤੇ ਪੰਜਾਬ ਸਰਕਾਰ ਇੱਕ ਐਗਰੀਮੈਂਟ ਕਰੇ, ਉਹ ਪ੍ਰਧਾਨ ਜੀ ਨੇ ਕਹਿ ਦਿੱਤਾ ਵੀ ਅਸੀਂ ਜਲਦੀ ਇਹਦਾ ਜਿਹੜਾ ਐਗਰੀਮੈਂਟ ਲਿਖ ਕੇ ਪੁਰਾਤਨ ਵਿਭਾਗ ਨੂੰ ਦੇ ਦਾਂਗੇ, ਅਤੇ ਉਹ ਮਤਲਬ ਕਿ ਹਾਈ ਕੋਰਟ ਦੇ ਵਿੱਚ ਉਹ ਜਿਹੜਾ ਐਗਰੀਮੈਂਟ ਹੈ ਉਹ ਪੇਸ਼ ਹੋ ਜਾਏਗਾ, ਅਤੇ ਅਰੋੜਾ ਸਾਹਿਬ ਸਾਡੇ ਨਾਲ ਟੀਮ ਬਣ ਕੇ ਕੰਮ ਕਰਨਗੇ। ਸਰ ਤੁਸੀਂ ਹਵੇਲੀ ਜਿਹੜੀ ਜਹਾਜ਼ੀ ਹਵੇਲੀ ਉਹਨੂੰ ਲੈ ਕੇ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ 'ਚ, ਅਤੇ ਅੱਜ ਮੀਟਿੰਗ ਹੋਈ ਹੈ। ਮੈਂ ਜਿਹੜੀ ਪਟੀਸ਼ਨ ਪਾਈ ਸੀ ਇਸ ਵਾਸਤੇ ਪਾਈ ਸੀ ਕਿ ਹਵੇਲੀ ਦੀ ਠੀਕ ਤਰ੍ਹਾਂ ਸੰਭਾਲ ਨਹੀਂ ਸੀ ਹੋ ਰਹੀ ਉਸ ਵੇਲੇ, ਉਸ ਦੇ ਅੰਦਰ ਹੋਰ ਨੀਹਾਂ ਪੱਟ ਕੇ ਕੁਛ ਹੋਰ ਬਣਾਉਣ ਦੀ ਵੀ ਯੋਜਨਾਵਾਂ ਚੱਲ ਰਹੀਆਂ ਸੀ ਜਿਹੜੀਆਂ ਕਿ ਹਵੇਲੀ ਵਾਸਤੇ ਖਤਰਾ ਹੋ ਸਕਦੀਆਂ। ਇਸ ਵਾਸਤੇ ਮੈਂ ਜਾਣੇ ਤਾਂ ਪਟੀਸ਼ਨ ਪਾਈ ਸੀ ਕਿ ਸਰਕਾਰ ਇਹਨਾਂ ਨੂੰ SGPC ਨੂੰ ਆਪਣਾ ਹਾਈ ਕੋਰਟ SGPC ਔਰ ਸਰਕਾਰ ਨੂੰ ਦੋਨਾਂ ਨੂੰ ਹਦਾਇਤ ਦੇਵੇ ਕਿ ਆਪਸ ਵਿੱਚ ਬਹਿ ਕੇ ਕੋਈ ਸਾਂਝੀ ਸਕੀਮ ਬਣਾਉਣ ਅਤੇ ਇਹਦੀ ਸਾਂਭ ਸੰਭਾਲ ਪ੍ਰਾਪਤ ਹੋ ਸਕੇ, ਕਿਉਂਕਿ ਬਹੁਤ ਹੀ ਇਤਿਹਾਸਿਕ ਮਹੱਤਵ ਰੱਖਦੀ ਹੈ ਸਾਡੀ ਦੀਵਾਨ ਚੋਟਾ ਚੰਦ ਦੀ ਜਿਹੜੀ ਹਵੇਲੀ। ਕਾਫੀ ਚਿਰ ਤੋਂ ਗੱਲਬਾਤ ਚੱਲ ਰਹੀ ਸੀ ਕਿ ਹੋਰ ਕਿੰਨੇ ਜਲਦੀ ਔਰ ਕਿੰਨੀ ਵਧੀਆ ਤਰੀਕੇ ਨਾਲ ਇਹਦੀ ਸੰਭਾਲ ਹੋ ਸਕੇ, ਉਸ ਵਾਸਤੇ ਅੱਜ ਵੀ ਅਸੀਂ ਗੈਰ ਰਸਮੀ ਤੌਰ 'ਤੇ ਬੈਠੇ ਸੀ ਆਪਸ ਵਿੱਚ, ਅਤੇ ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ ਕਿ ਅਸੀਂ ਹਾਈ ਕੋਰਟ ਨੂੰ ਇਹੀ ਕਹਾਂਗੇ ਕਿ ਇਸ ਹਵੇਲੀ ਦੀ ਜੋ ਮਲਕੀਅਤ ਅੱਜ ਦੀ ਤਰੀਕ ਵਿੱਚ SGPC ਕੋਲ ਹੈ, ਸਰਕਾਰ ਦੇ ਆਪਣੀਆਂ ਜ਼ਿੰਮੇਵਾਰੀਆਂ ਨੇ ਕੁਛ, ਜੋ ਕੋਈ ਪ੍ਰੋਟੈਕਟਡ ਮਾਨੂਮੈਂਟ ਡਿਕਲੇਅਰ ਹੋ ਜਾਂਦਾ, ਸੁਰੱਖਿਅਤ ਇਮਾਰਤ ਡਿਕਲੇਅਰ ਹੋ ਜਾਂਦੀ, ਉਸ ਨੂੰ ਸੰਭਾਲਣ ਵਾਸਤੇ ਸਰਕਾਰ ਦੀ ਕੀ ਡਿਊਟੀ ਹੈ ਅਤੇ ਮਾਲਕ ਦੀ ਕੀ ਡਿਊਟੀ ਹੈ ਕਾਨੂੰਨ 'ਚ ਲਿਖਿਆ ਹੋਇਆ, ਤੁਸੀਂ ਆਪਸ ਵਿੱਚ ਦੋਨੋਂ ਬੈਠ ਕੇ ਐਗਰੀਮੈਂਟ ਕਰ ਲਓ
ਅਤੇ ਇਹਦੀ ਸਾਂਭ ਸੰਭਾਲ ਸ਼ੁਰੂ ਕਰੋ ਤਾਂ ਕਿ ਅਸੀਂ ਵੀ ਆਪਦੀ ਜ਼ਿੰਮੇਵਾਰੀ ਤੋਂ ਮੁਕਤ ਹੋਈਏ, ਆਪਣੀ ਰਿੱਟ ਪਟੀਸ਼ਨ ਨੂੰ ਅਸੀਂ ਖਤਮ ਕਰਵਾ ਸਕੀਏ। ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਮੇਰੇ ਬਿਆਨ ਦੇ ਨਾਲ ਕਿ ਇਹਨਾਂ ਦੇ ਆਪਸ ਵਿੱਚ ਸਮਝੌਤਾ ਕਰਕੇ ਸਾਂਭ ਸੰਭਾਲ ਸ਼ੁਰੂ ਕਰਨ, ਅਤੇ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਤਰੀਕੇ ਦਾ, ਔਰ ਮੇਰੀ ਪੂਰੀ ਸਹਿਮਤੀ ਹੋਏਗੀ ਜੇ ਆਪਸ ਵਿੱਚ ਮਿਲ ਕੇ ਇਹਨੀ ਸਾਂਭ ਸੰਭਾਲ ਕਰਨ ਲਈ ਕੁਛ ਐਗਰੀਮੈਂਟ ਕਰਦੇ। ਠੀਕ ਹੈ, ਕਦੋਂ ਡੇਟ ਹੈ ਜੀ? ਹੁਣ ਮੰਗਲਵਾਰ 19 ਤਰੀਕ।